ਸੱਜਣ ਮਿੱਤਰ ਇਕੱਤਰ ਹੋਏ ਹਨ। ਮਾਸਟਰ ਰਣਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਸਤੇ ਆਏ ਹਾਂ। ਅਗਰ ਅਸੀਂ ਮਾਸਟਰ ਰਣਜੀਤ ਸਿੰਘ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਦੇਖੀਏ ਤਾਂ ਉਹਨਾਂ ਦੀ ਜੀਵਨ ਦੀ ਸਟੋਰੀ ਬਹੁਤ ਲੰਬੀ ਔਰ ਬਹੁਤ ਇੰਟਰਸਟਿੰਗ ਅਤੇ ਬਹੁਤ ਹੀ ਸ਼ਲਾਘਾਯੋਗ ਰਹੀ ਹੈ। ਮਾਸਟਰ ਰਣਜੀਤ ਸਿੰਘ ਬਹੁਤ ਮਿਹਨਤੀ ਇਨਸਾਨ ਸਨ। ਮੈਂ ਤੁਹਾਨੂੰ ਉਹਨਾਂ ਦਾ ਥੋੜ੍ਹਾ ਜਿਹਾ ਪਹਿਲਾਂ ਉਹ JBT ਟੀਚਰ ਸਨ, ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸੀ ਕਿਆਮਪੁਰ ਸਕੂਲ ਦੇ ਸਾਡੇ ਲਾਗੇ। ਅਸੀਂ ਚੀਜ਼ ਤੋਂ ਜਾਣੂ ਹੈ ਕਿ ਮਾਸਟਰ ਜੀ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾ ਸੀ। ਕੁਛ ਦਿਨ ਪਹਿਲਾਂ ਸਾਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ, ਪਰੰਤੂ ਉਹਨਾਂ ਦੁਆਰਾ ਪਰਿਵਾਰ ਨੂੰ ਦਿੱਤੀ ਹੋਈ ਅਗਵਾਈ, ਸਿੱਖਿਆ, ਆਪਣੇ ਸਾਕ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰਾਂ ਦੇ ਨਾਲ ਜਿੱਦਾਂ ਦਾ ਵਰਤਾਓ ਸੀ, ਉਹ ਹਮੇਸ਼ਾ ਪਰਿਵਾਰ ਨੂੰ ਸੰਗੀ ਸਾਥੀਆਂ ਨੂੰ ਯਾਦ ਆਉਂਦਾ। ਆਪ ਸਭ ਨੂੰ ਪਤਾ ਹੈ ਸਰਦਾਰ ਬਲਜੀਤ ਸਿੰਘ ਵਰਗੇ ਦੇ ਜੋ ਸਾਡੇ ਵਿੱਚ ਨਹੀਂ ਰਹੇ, ਉਹਨਾਂ ਨੂੰ ਅੰਤਿਮ ਦਾ ਸ਼ਾਮਿਲ ਹੋਣ ਵਾਸਤੇ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਹਨ। ਬਾਕੀ ਮਾਸਟਰ ਜੀ ਇੱਕ ਬਹੁਤ ਮਤਲਬ ਇੱਕ ਬੜਾ ਮਾਣ ਵਾਲਾ ਲਫ਼ਜ਼ ਹੈ ਜਿਹਨੂੰ ਆਪਾਂ ਮਾਸਟਰ ਜੀ ਕਹਿੰਦੇ ਹਾਂ। ਇੱਕ ਬਹੁਤ ਵੱਡਾ ਸਮਾਜ ਦੇ ਵਿੱਚ ਇਸ ਬਾਕੀ ਹੋਣ ਦਾ ਹੁੰਦਾ, ਮਤਲਬ ਬਹੁਤ ਵੱਡਾ ਮਾਣ ਵਾਲਾ ਲਫ਼ਜ਼ ਹੈ, ਕਿਉਂਕਿ ਅੱਜ ਆਪਾਂ ਸਾਰੇ ਇੱਥੇ ਬੈਠੇ ਹਾਂ, ਸਮਾਜ ਦੇ ਵਿੱਚ ਵਿਚਰਦੇ ਹਾਂ, ਆਪਾਂ ਕੰਮ ਕਰਦੇ ਹਾਂ, ਅਤੇ ਸਭ ਤੋਂ ਵੱਡਾ ਮਾਣ ਇਹ ਇੱਕ ਮਾਸਟਰ ਹੋਣ ਦੀ ਵਜ੍ਹਾ ਕਰਕੇ ਹੀ ਸਾਨੂੰ ਇਹ ਮਿਲਿਆ। ਕਿਉਂਕਿ ਮਾਸਟਰ ਹੋਣਾ ਨੇ ਜਿਹੜਾ ਸਾਡਾ ਜੋ ਮਤਲਬ ਸਾਡੇ ਵਿੱਚ ਰਾਗਮਈ ਸਮਾਗਮ ਵਿੱਚ ਜੁਗੋ ਜੋ ਅਟਲ ਸਾਹਿਬੇ ਕੁਮਾਰ ਦੋ ਜਹਾਂ ਦੇ ਬਾਲਗੀ ਦੇ ਆਸਰੇ ਦੇ ਆਸਰੇ ਲੋਕਾਂ ਦੀ ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਧ ਸੰਗਤ ਦੇ ਬੈਠੇ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਬੱਚੋ ਅਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਪੰਜਾਬੀ ਜਗ ਨਾ ਕੋਈ ਖੇਡਿਆ ਅਤੇ ਬਾਬਾ ਸੰਸਾਰ ਬੋਆ ਖਿਲਾਰ ਰਹੇ ਨੇ। ਮੈਂ ਤਾਂ ਕਹੂੰਗਾ ਕਿ ਆਓ ਸਾਰੇ ਮਾਸਟਰ ਬਲਜੀਤ ਸਿੰਘ ਹੋਰਾਂ ਦੀਆਂ ਦਿੱਤੀਆਂ ਜ਼ਿੰਦਗੀ ਦੀਆਂ ਸਿੱਖਿਆਵਾਂ ਤੋਂ ਕੋਈ ਅਮਲ ਵਿੱਚ ਕਰ ਲਈਏ ਤਾਂ ਮੈਂ ਉਹ ਸਾਰਿਆਂ ਤੋਂ ਵੱਡੀ ਸ਼ਰਧਾਂਜਲੀ ਹੈ ਉਹਨਾਂ ਨੂੰ। ਇਹਨਾਂ ਹੀ ਕਹਿੰਦਾ ਹੋਇਆ ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ ਦਿਓ ਸੱਜਣ ਸੀਸਣੀਆਂ ਜੋ ਹੋਵੇ ਸਾਹਿਬ ਜੋ ਮੇਲ। ਇਹਨਾਂ ਹੀ ਸ਼ਬਦਾਂ ਨਾਲ ਮੈਂ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਇਹ ਜੋ ਸਦਮਾ ਇਹ ਜੋ ਉਹਨਾਂ ਨੂੰ ਅਕੈਦ ਸਹਿਜ ਜਿਹੜਾ ਪਿਆ ਹੈ ਉਹਨਾਂ ਜਿਵੇਂ ਮੈਂ ਸਹਾਈ ਹੋਣਾ ਉੱਥੇ ਪਰਿਵਾਰ ਵੱਲੋਂ ਵਿੱਚ ਸ਼ਾਮਿਲ ਹੁੰਦਾ ਹੋਇਆ ਪਰਮਾਤਮਾ ਪਾਸ ਅਰਦਾਸ ਕਰਦਾ ਵੀ ਉਹਨਾਂ ਨੂੰ ਇਸ ਸਦਮੇ ਵਿੱਚੋਂ ਉਭਰਨਾ ਬਣ ਬਖਸ਼ੇ, ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ। ਇਹਨਾਂ ਹੀ ਕਹਿੰਦਾ ਤਾਂ ਲਿਖ ਕਰਨਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਮੂਹ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਖਤਰਾਏ ਕਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਜਿਨ੍ਹਾਂ ਨੇ ਮਾਸਟਰ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਜੋ ਸ਼ਾਮਿਲ ਹੋਏ ਨੇ। ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ
ਚੰਗੇ Bye.
ਜਬ ਰੈਸ
ਜਿਸਕੇ ਵਸਤੇ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਚਲੇ ਜਾਣਾ ਜਿਸਕੀ ਵਰਤ ਸੋਏ ਲੈ ਜਾ ਉਸ ਪਰਮਾਤਮਾ ਦੀ ਵਸਤੂ ਹਾਂਜੀ ਜਦੋਂ ਕਿ ਬੁਲਾਵਾ ਆਏਗਾ ਉਸਨੇ ਲੈ ਜਾਣਾ ਰੋਸ ਕਿਸੇ ਕਹਿੰਦੀ ਫਿਰ ਕਿਸੇ ਗੱਲ ਦਾ ਕੋਈ ਰੋਸ ਨਹੀਂ ਕਿਉਂਕਿ ਅਸੀਂ ਉਸ ਪਰਮਾਤਮਾ ਦੇ ਭੇਜੇ ਹੋਏ ਹਾਂ ਤਾਂ ਪਰਮਾਤਮਾ ਨੇ ਬੁਲਾ ਲੈਣਾ ਇੱਕ ਦਿਨ ਸਭ ਨੂੰ ਵਾਰੀ ਵਾਰੀ ਜਾਣਾ ਪੈਣਾ ਜਿਸਕੀ ਵਰਤ ਸੋਈ ਲੈ ਜਾਏਗਾ ਰੋਸ ਕਿਸੇ ਸੋਈ ਗੁਰਮੁਖ ਹੋਵੇ ਸੋ ਭਾਣਾ ਬਣ ਸਹਿਜ ਕਰ ਉਸ ਪਰਮਾਤਮਾ ਵਾਹਿਗੁਰੂ ਦਾ ਭਾਣਾ ਬਣ ਕੇ ਸਹਿਜ ਹਰ ਰਸ ਪੂਜੇ ਉਸ ਪਰਮਾਤਮਾ ਵਾਹਿਗੁਰੂ ਕਿਸੇ ਕਰਦੇ ਜਾਓ ਕਿ ਅਸੀਂ ਵੀ ਇੱਕ ਦਿਨ ਚਲੇ ਜਾਣਾ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਸਾਡੇ 'ਤੇ ਵੀ ਕਿਰਪਾ ਕਰਨਾ ਦਰਗਾਹ ਦੇ ਵਿੱਚ ਸਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਹੈ ਆ
I grew up.
ਸਲਾਮਤ ਪਾਗਿਓ ਸਤਿ ਮਨੋਰਥ ਪੂਰੇ ਆਰਥ ਸਤਿ ਪਾਗਿਓ।
ਤੇਗ ਬਹਾਦਰ ਸਿਮਰਿਆ ਕਰਨਾਉ ਨਦਾਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਠ ਦਰਸ਼ਨ ਦਰਦਾਰ ਦਾ ਧੰਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਸਾਹਿਬ ਜਾਦਿਆਂ ਚਾਲੀ ਮੂਰਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਗਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਦਰਿਤ ਕੀਤਾ ਕਿੰਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧੰਨ ਤਰਕੇ ਬੋਲੋ ਜੀ ਕਿੰਨਾ ਸੰਗਤ ਨੇ ਭਰਮੇ ਦਿੱਤੇ ਬੰਦ ਬੰਦ ਪਾਏ ਕੁੱਪਰੀਆਂ ਨਿਭਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨੇ ਚਰਵਾਈ ਦਾ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਦਿ ਕਰਮ ਕਰਨਾ ਸਦਾ ਸੰਤੀ ਸੋਈ ਆਦਿ ਕਰਮ ਕਰਨਾ
ਆਪੇ
ਹਾਏ ਬਰੰਗ ਹਾਪੇ ਬੋਰੰਗੀ ਜੋ ਸੰਭਾਵੈ ਨਾਨਕ ਸਾਈ ਦਰ ਚੰਗੇ ਸੁਭਾਵ ਸੇਵਾ 50 ਸਾਲ ਕੀਤੀ ਗੁਰੂ ਘਰ ਵਿੱਚ ਨਾਲ ਬਾਠਾ ਨੌਕਰੀ ਕਰਦੇ ਰਹੇ ਸਨ।
ਸੋ ਹੋਰ ਸਿੰਘ ਬਹੁਤ ਪਰਿਵਾਰ ਸਨ ਗੁਰਮੁਖ ਜਬ ਸਵਾ ਦਰਗੇ ਚਲਿਆ ਸੱਚੇ ਦਰਗੇ ਜਾਏ ਸੱਚਾ ਪਿੜ ਮਲਿਆ। ਸੋ ਹੁਣ ਸਾਡੇ ਹੀ ਨਗਰ ਦੇ ਸਰਕਾਰੀਆ ਸਾਹਿਬ ਜੋ ਉਹਨਾਂ ਨਾਲ ਮਾਸਟਰ ਜੁੜੀ ਕਰਦੇ ਹਨ, ਸੋ ਕੁਛ ਸਮਾਂ ਉਹ ਉਹਨਾਂ ਬਾਰੇ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੂਜਨੀ ਮਾਸਟਰ ਜੀ ਮਾਸਟਰ ਬਲਜੀਤ ਸਿੰਘ, ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸਮੂਹ ਰਿਸ਼ਤੇਦਾਰ ਸਾਹਿਬ ਸੰਬੰਧੀ ਸੱਜਣ ਮਿੱਤਰ ਇਕੱਤਰ ਹੋਏ ਹਨ। ਮਾਸਟਰ ਜੀ ਸਰਦਾਰ ਬਲਜੀਤ ਸਿੰਘ ਜਿਨ੍ਹਾਂ ਦਾ ਜਨਮ ਸਨ 1942 ਈਸਵੀ ਵਿੱਚ ਮਾਤਾ ਸ਼੍ਰੀਮਤੀ ਮਨਜੀਤ ਕੌਰ ਦੇ ਉਦਰ ਤੋਂ, ਪਿਤਾ ਸਰਦਾਰ ਸ਼ਿੰਗਾਰਾ ਸਿੰਘ ਜੀ ਦੇ ਗ੍ਰਹਿ ਵਿਖੇ, ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੇ ਛੋਟੇ ਜਿਹੇ ਪਿੰਡ ਖਤਰਾਏ ਕਲਾਂ ਵਿਖੇ ਹੋਇਆ। ਉਹਨਾਂ ਨੇ ਆਪਣੀ ਜੋ ਮੇਰੀ ਮਤ ਬੁੱਧ ਦੇ ਅਨੁਸਾਰ ਸਾਰੀ ਹੀ ਜ਼ਿੰਦਗੀ ਗੁਰੂ ਚਰਨਾਂ ਵਿੱਚ ਸੇਵਾ ਕਰਕੇ ਬਤੀਤ ਕੀਤੀ। ਨੌਕਰੀ ਕਰਦਿਆਂ ਹੋਇਆਂ ਨਾਲ ਨਾਲ ਗੁਰੂ ਘਰ ਦੀ ਸੇਵਾ ਅਥਾਹ ਸ਼ਰਧਾ ਭਾਵਨਾ ਦੇ ਨਾਲ ਕੀਤੀ। ਅੱਜ ਉਹ ਸਾਨੂੰ ਸਦੀਵ ਵਿਛੋੜਾ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਏ ਹਨ। ਉਹਨਾਂ ਦੀਆਂ ਅਭੁੱਲ ਯਾਦਾਂ ਸਾਡੇ ਹਿਰਦੇ ਵਿੱਚ ਸਦਾ ਹੀ ਸਦਾ ਵਸੀਆਂ ਰਹਿਣਗੀਆਂ। ਮੈਂ ਉਹਨਾਂ ਦਾ ਸਕੂਲ ਤੌਰ 'ਤੇ ਵਿਦਿਆਰਥੀ ਸੀ ਅਤੇ ਗੁਰਦੁਆਰਾ ਸਾਹਿਬ ਵਿਖੇ ਵੀ ਉਹਨਾਂ ਦਾ ਸ਼ਾਗਿਰਦ ਸੀ। ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਸਾਰੀ ਜ਼ਿੰਦਗੀ ਸਾਡੇ ਹਿਰਦੇ ਵਿੱਚ ਵਸੀਆਂ ਰਹਿਣਗੀਆਂ। ਮਾਸਟਰ ਜੀ ਰੋਜ਼ਾਨਾ ਹਰ ਰੋਜ਼ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ, ਕਿਉਂਕਿ ਉਹਨਾਂ ਦੇ ਲੱਕ ਵਿੱਚ ਦਰਦ ਬਹੁਤ ਜ਼ਿਆਦਾ ਹੁੰਦੀ ਸੀ, ਇਸ ਦੇ ਬਾਵਜੂਦ ਵੀ ਉਹਨਾਂ ਪਿੰਡ ਜਾਣਾ, ਗੁਰਦੁਆਰਾ ਸਾਹਿਬ ਵਿਖੇ ਅਥਾਹ ਸੇਵਾ ਕਰਨੀ, ਗੁਰਦੁਆਰਾ ਸਾਹਿਬ ਦੇ ਮੋਢੀ ਪਿੰਡ ਦੇ ਮੋਢੀ ਸਨ, ਉਹਨਾਂ ਦੀਆਂ ਯਾਦਾਂ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਉਹਨਾਂ ਦੇ ਪ੍ਰਤੀ ਸਭ ਤੋਂ ਪਹਿਲਾਂ ਉਹਨਾਂ ਦੇ ਸਮਕਾਲੀ ਮਾਸਟਰ ਜੀ ਮਾਸਟਰ ਬਲਕਾਰ ਸਿੰਘ ਜੀ, ਉਹ ਆਪ ਜੀ ਨਾਲ ਕੋਈ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦੜੀ ਵਿੱਚ ਬੈਠੀ ਸਮੁੱਚੀ ਸਾਧ ਸੰਗਤ ਜੀ, ਗੱਜ ਕੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਾਸਟਰ ਬਲਜੀਤ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਸਤੇ ਆਏ ਹਾਂ। ਅਗਰ ਅਸੀਂ ਮਾਸਟਰ ਬਲਜੀਤ ਸਿੰਘ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਦੇਖੀਏ ਤਾਂ ਉਹਨਾਂ ਦੀ ਜੀਵਨ ਦੀ ਸਟੋਰੀ ਬਹੁਤ ਲੰਬੀ ਔਰ ਬਹੁਤ ਇੰਟਰਸਟਿੰਗ ਅਤੇ ਬਹੁਤ ਹੀ ਸ਼ਲਾਘਾਯੋਗ ਰਹੀ ਹੈ। ਮਾਸਟਰ ਬਲਜੀਤ ਸਿੰਘ ਬਹੁਤ ਮਿਹਨਤੀ ਇਨਸਾਨ ਸਨ। ਮੈਂ ਤੁਹਾਨੂੰ ਉਹਨਾਂ ਦਾ ਥੋੜ੍ਹਾ ਜਿਹਾ ਪਹਿਲਾਂ, ਉਹ JBT ਟੀਚਰ ਸਨ, ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸੀ, ਕਿਆਮਪੁਰ ਸਕੂਲ ਦੇ ਸਾਡੇ ਲਾਗੇ 3-4 ਕਿਲੋਮੀਟਰ ਦੀ ਦੂਰੀ 'ਤੇ ਇਨਾਲਾ ਸਾਈਡ ਵੱਲ ਨੂੰ ਕਿਆਮਪੁਰ ਪਿੰਡ ਪੈਂਦਾ, ਉੱਥੇ ਸੀ। ਮਿਹਨਤ ਦੀ ਗੱਲ ਕਰਨ ਲੱਗਾ, ਨਾਲ ਨਾਲ ਪੜ੍ਹਦੇ ਰਹੇ ਪ੍ਰਾਈਵੇਟ ਤੌਰ 'ਤੇ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਮੈਮ ਦੇ ਕੋਲੋਂ ਮਨਜ਼ੂਰੀ ਲੈ ਕੇ, ਫਿਰ ਉਹਨਾਂ BED ਕੀਤੀ। BED ਕਰਨ ਤੋਂ ਬਾਅਦ ਉਹ ਸੈਕੰਡਰੀ ਐਜੂਕੇਸ਼ਨ ਦੇ ਵਿੱਚ ਆ ਕੇ
ਤੇ ਉੱਥੋਂ ਉਹਨਾਂ ਸਿੱਧਾ ਹੀ ਆਪਣੇ ਪਿੰਡ ਹੀ ਉਹਨਾਂ ਦੀ ਅਪੁਆਇੰਟਮੈਂਟ ਹੋ ਗਈ ਤੇ ਉੱਥੇ ਸਾਰਾ ਜਿਹੜਾ ਸਮਾਂ ਕਟਾਏ ਨਾਮ ਦੇ ਵਿੱਚ ਰਿਟਾਇਰਮੈਂਟ ਲਈ ਜਿੱਥੇ ਉਹ ਸਕੂਲ ਵਿੱਚ ਪੜ੍ਹਾਉਂਦੇ ਸੀ ਉੱਥੇ ਉਹ ਧਾਰਮਿਕ ਕੰਮਾਂ 'ਚ ਬਹੁਤ ਰੁਚੀ ਕਰਦੇ ਸੀ। ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਜਿੱਦਾਂ ਬਾਬਾ ਜੀ ਨੇ ਵੀ ਦੱਸਿਆ ਕਿ ਬਾਬਾ ਦਇਆ ਸਿੰਘ ਜੀ ਦਾ ਗੁਰਦੁਆਰੇ ਦਾ ਨਿਰਮਾਣ ਉਹਨਾਂ ਨੇ ਆਪਣੇ ਹੱਥੀਂ ਕਰਵਾਇਆ, ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਦਾ ਨਿਰਮਾਣ ਉਹਨਾਂ ਨੇ ਆਪਣੇ ਹੱਥੀਂ ਕਰਵਾਇਆ। ਸਾਰਾ ਪਿੰਡ ਹੀ ਉਹਨਾਂ ਦੀ ਸਾਡਾ ਪਿੰਡ ਹੀ ਸਾਡਾ ਇਲਾਕਾ ਹੀ ਜਿਹੜਾ ਉਹਨਾਂ ਦਾ ਹੀ ਬਹੁਤ ਹੀ ਮਾਣ ਕਰਦਾ ਸੀ। ਇੱਕ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣ ਲੱਗਾ, ਮਾਸਟਰ ਜੀ ਜਿੱਥੇ ਆਪ ਪੜ੍ਹਾਉਂਦੇ ਸੀ ਉੱਥੇ ਬਾਬਾ ਦਇਆ ਸਿੰਘ ਗੁਰਦੁਆਰੇ ਦੇ ਸਮਝ ਲਓ ਵੀ ਸਵੇਰ ਦੇ ਟਾਈਮ ਦੇ ਉਹ ਗ੍ਰੰਥੀ ਵੀ ਸਨ, ਫ੍ਰੀ ਨਿਸ਼ਕਾਮ ਸੇਵਾ ਉਹਨਾਂ ਦੀ ਸੀ ਤੇ ਹਨੇਰੇ ਚਾਰ ਵਜੇ ਇਸ਼ਨਾਨ ਪਾਣੀ ਕਰਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਆ ਜਾਣਾ ਤੇ ਆ ਕੇ ਉਹਨਾਂ ਨੇ ਪਹਿਲੋਂ ਆਸਾ ਦੀ ਵਾਰ ਪੜ੍ਹਨੀ, ਫਿਰ ਜੋ ਵੀ ਗੁਰਦੁਆਰੇ ਦੇ ਅਸੂਲ ਹੁੰਦੇ ਆ ਧਾਰਮਿਕ ਤੌਰ ਤੇ ਉਹਨਾਂ ਨੇ ਪੂਰੇ ਕਰਨੇ। ਇੱਥੋਂ ਤੱਕ ਹੋ ਗਿਆ ਕਿ ਜਿਹੜੀਆਂ ਸੰਗਤਾਂ ਸੀਗੀਆਂ ਗੁਰਦੁਆਰੇ ਦੇ ਲੋਕ ਸੀ ਸਾਡੇ ਵਰਗੇ ਲੋਕ ਸੀ ਜਿਹਨਾਂ ਨੇ ਸਵੇਰੇ ਜਲਦੀ ਕਿਤੇ ਕੰਮ 'ਤੇ ਜਾਣਾ ਹੁੰਦਾ ਸੀ ਨਾ ਤੇ ਉਹ ਕਹਿੰਦੇ ਵੀ ਯਾਰ ਇੱਦਾਂ ਕਰੀ ਮਾਸਟਰ ਬਲਜੀਤ ਸਿੰਘ ਬੋਲੇ ਨੇ ਉੱਥੇ ਤੁਰ ਕੇ ਮੇਰੇ ਘਰ ਆ ਜਾਈਏ ਆਪਾਂ ਇਕੱਠੇ ਚੱਲ ਜਾਵਾਂਗੇ। ਭਾਵ ਚਾਰ ਵਜੇ ਦਾ ਟਾਈਮ ਨਹੀਂ ਬੋਲਣਾ ਵੀ ਬਨੇਰੇ ਚਾਰ ਵਜੇ ਜਾਵਾਂਗੇ, ਕਹਿਣਾ ਮਾਸਟਰ ਬੋਲੇ ਤੇ ਤੁਰ ਜਾਓ ਤੇ ਆਪਾਂ ਫਿਰ ਮੇਰੇ ਸਿਰ ਚੱਲ ਜਾਵਾਂਗੇ। ਸੋ ਉਹਨਾਂ ਨੇ ਬਹੁਤ ਹੀ ਜ਼ਿਆਦਾ ਧਾਰਮਿਕ ਕੰਮਾਂ ਵਿੱਚ ਹੀ ਰੁਚੀ ਲਈ। ਇਸ ਦੇ ਨਾਲ ਨਾਲ ਇੱਕ ਸਮਾਂ ਇਹ ਵੀ ਆਇਆ ਕਿ ਉਹਨਾਂ ਨੇ ਬਹੁਤ ਹੀ ਅਮਰਤ ਛਕਾਇਆ, ਬੜੇ ਗੁਰੂ ਘਰ ਦੇ ਮਤਲਬ ਲੜ ਲਾਇਆ, ਬੰਦਿਆਂ ਨੂੰ ਬੱਚਿਆਂ ਨੂੰ ਬੜੇ ਅਮਰਤ ਛਕਾਏ, ਬਜ਼ੁਰਗਾਂ ਨੂੰ ਅਮਰਤ ਛਕਾਏ, ਯੰਗ ਏਜ ਦੇ ਲੋਕਾਂ ਨੂੰ ਉਹਨਾਂ ਨੇ ਬਹੁਤ ਅਮਰਤ ਛਕਾਏ। ਜਾਣੀ ਮੈਂ ਇਹ ਗੱਲ ਕਹੂੰਗਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਵਾਰ ਇਹ ਗੱਲ ਹੋ ਗਈ ਜੀ ਕਿ ਮਾਸਟਰ ਲੈ ਚੱਲਦੀ ਹੈ, ਅਗਰ ਕਿਸੇ ਦੇ ਘਰ ਖੁਸ਼ੀ ਦਾ ਕੰਮ ਆ ਮਾਸਟਰ ਜੀ ਨੂੰ ਸਭ ਤੋਂ ਪਹਿਲੋਂ ਸੱਦਾ, ਜੇ ਕੋਈ ਗਮੀ ਦਾ ਕੰਮ ਹੈ ਮਾਸਟਰ ਜੀ ਨੂੰ ਸਭ ਤੋਂ ਪਹਿਲੋਂ ਸੱਦਾ, ਜੇ ਕੋਈ ਕਿਸੇ ਨੇ ਕੋਈ ਉਸਾਰੀ ਦਾ ਕੰਮ ਕਰਨਾ ਤੇ ਮਾਸਟਰ ਜੀ ਨੂੰ ਪਹਿਲੋਂ ਸੱਦਾ ਅਰਦਾਸ ਕਰਾਉਣੀ। ਇਹ ਜਿਹੜੇ ਗੁਣ ਸਨ ਮਾਸਟਰ ਜੀ ਨੂੰ ਉਹ ਵੀ ਲੋਕ ਜਿਹੜੇ ਆ ਇਸ ਕਰਕੇ ਉਹਨਾਂ ਨੂੰ ਯਾਦ ਕਰਦੇ ਸੀ, ਆਪਣੇ ਗੁਣਾਂ ਕਰਕੇ ਯਾਦ ਕਰਦੇ ਸੀ। ਸੋ ਉਹਨਾਂ ਦੇ ਹੋਣਹਾਰ ਬੱਚਾ ਆਪਾਂ ਤੇ ਬਿੱਟੂ ਕਹਿੰਦੇ ਮੈਨੂੰ ਨਾਮ ਯਾਦ ਨਹੀਂ, ਚਾਰ ਕੇ ਸ਼ਾਇਦ ਪੰਜ ਧੀਆਂ ਨੇ ਮਾਸਟਰ ਜੀ ਦੀਆਂ, ਬਿੱਟੂ ਆ ਵੈਲ ਐਜੂਕੇਟਿਡ ਦਵਾਈ ਉਹਨਾਂ ਨੇ ਸਾਰਿਆਂ ਨੂੰ ਆਪਾਂ ਆਪਣੀ ਥਾਈ ਸੈੱਟ ਕਰਵਾਇਆ। ਉਦੋਂ ਇੱਕ ਹੋਰ ਗੱਲ ਦੱਸਾਂ, ਤਿੰਨ ਚਾਰ ਭਰਾ ਸਨ ਸਭ ਤੋਂ ਵੱਡੇ ਹੋਣ ਦੇ ਨਾਤੇ ਉਹਨਾਂ ਨੇ ਆਪਣੇ ਭਰਾਵਾਂ ਨੂੰ ITI ਦੇ ਵਿੱਚ ਕੋਰਸ ਕਰਵਾਏ, ਦੋਵੇਂ ਐਸਡੀ ਮੇਰਾ ਖਿਆਲ ਹੈ ਜੇਈ ਰਿਟਾਇਰ ਹੋਏ ਯੂਨੀਵਰਸਿਟੀ ਤੋਂ ਜੋਗਿੰਦਰ ਸਿੰਘ ਤੇ ਇੱਕ ਦੂਜਾ ਛੋਟਾ ਕੀ ਨਾਮ ਆਉਂਦਾ ਮੈਨੂੰ ਯਾਦ ਨਾਮ ਹੀ ਹੈਗੇ ਇਹਨਾਂ ਦੇ, ਤੇ ਇਸ ਕਰਕੇ ਸਾਰੇ ਭਰਾਵਾਂ ਦਾ ਹੀ ਉਹਨਾਂ ਨੇ ਉਹਨਾਂ ਨੂੰ ਵੈਲ ਸੈਂਟਰ ਕਰਵਾਇਆ, ਆਪਣੀਆਂ ਭੈਣਾਂ ਆਪਣੀ ਹੱਥੀ ਰਹੀਆਂ ਸਭ ਤੋਂ ਵੱਡੇ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਸੈੱਟ ਕਰਵਾਇਆ, ਹੁਣੇ ਹੁਣੇ ਪਿੱਛੇ ਥੋੜ੍ਹਾ ਚਿਰ ਹੋਇਆ ਆਪਣੀ ਪੋਤੀ ਦਾ ਵਿਆਹ ਵੀ ਕਰਕੇ ਗਏ ਨੇ। ਯਾਨੀ ਉਹਨਾਂ ਦਾ ਸਾਰੀ ਉਮਰ ਜਿੱਥੇ ਸੰਘਰਸ਼ਪੂਰਨ ਰਿਹਾ ਉਹਨਾਂ ਨੂੰ ਉੱਥੇ ਇੰਟਰਸਟਿੰਗ ਵੀ ਰਿਹਾ। ਉਹਨਾਂ ਨੇ ਰਿਟਾਇਰ ਹੋਣ ਤੋਂ ਬਾਅਦ ਲੋਕ ਆਪਣੇ ਘਰ ਬੈਠ ਜਾਂਦੇ ਆ ਜਾਂ ਇੱਧਰ ਉੱਧਰ ਸੁਸਾਇਟੀ ਚਲ ਜਾਂਦੇ ਆ, ਉਹਨਾਂ ਨੇ ਆਪਣੇ ਪਿੰਡ ਦਾ ਗੇੜਾ ਨਹੀਂ ਛੱਡਿਆ। ਮੈਂ ਕਹਿੰਦਾ ਇਹ ਬਹੁਤ ਵੱਡੀ ਗੱਲ ਹੈ, ਉਹਨਾਂ ਨੂੰ ਜੀਵਾ ਰੱਖਿਆ, ਹਰ ਰੋਜ਼ ਉਹ ਪਿੰਡ ਜਾਇਆ ਕਰਦੇ ਸਨ, ਇੱਥੋਂ ਤੱਕ ਕਿ ਜਿਹੜੇ ਬੱਸ ਦੇ ਡਰਾਈਵਰ ਸਨ ਜਾਂ ਕੰਡਕਟਰ ਸਨ ਉਹ ਇਹਨਾਂ ਕੋਲ ਪੈਸਾ ਵੀ ਨਹੀਂ ਦਿੰਦੇ, ਕਹਿੰਦੇ ਮਾਸਟਰ ਜੀ ਤੁਸੀਂ ਸਾਡੀ ਗੱਡੀ 'ਚ ਬੈਠ ਕੇ ਜਾਂਦੇ ਹੋ ਨਾ ਤੇ ਸਾਡੀਆਂ ਸਵਾਰੀਆਂ ਬੜੀਆਂ ਵੱਧ ਜਾਂਦੀਆਂ ਨੇ, ਇੰਨੇ ਕਰਮਾਂ ਭਾਗਾਂ ਵਾਲੇ ਮਾਸਟਰ ਜੀ ਸੀ, ਇਸ ਕਰਕੇ ਸਾਡੇ ਕੋਲ ਕਿਰਾਇਆ ਨਹੀਂ ਅਸੀਂ ਲੈਣਾ। ਪਿੰਡ ਜਾ ਕੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਉਹ ਗਰੀਬਾਂ 'ਤੇ ਬਹੁਤ ਮੁਸੀਹਾ ਸਨ, ਗਰੀਬ ਲੋਕਾਂ ਦੀ ਉਹ ਮਦਦ ਕਰ ਲਿਆ ਕਰਦੇ ਸਨ, ਜੇ ਕਿਸੇ ਨੇ ਪੈਸੇ ਵਾਪਸ ਕਰਦੇ ਤਾਂ ਵੀ ਸੱਦਿਆ, ਜੇ ਨਹੀਂ ਕਰ ਦਿੱਤੇ ਤਾਂ ਵੀ ਸੱਦਿਆ, ਕੋਈ ਗੱਲ ਨਹੀਂ।
ਜੇ ਕੋਈ ਜ਼ਿਆਦਾ ਪੈਸੇ ਦੇਖਦੇ ਆ, ਮੈਂ ਉਹਨਾਂ ਦਾ ਇੱਕ ਮੈਥਡ ਬਹੁਤ ਵਧੀਆ ਦੇਖਿਆ, ਜੇ ਕਿਸੇ ਨੇ ਪੈਸੇ ਜ਼ਿਆਦਾ ਲੈ ਲਏ ਉਹਨਾਂ ਨੇ, ਨਹੀਂ ਪਾਰਟੀ ਦੇ ਜਦੋਂ ਪੈਸਿਆਂ ਦੀ ਜ਼ਿਆਦਾ ਜ਼ਰੂਰਤ ਆ ਅਤੇ ਉਹਨਾਂ ਨੇ ਕਹਿਣਾ ਵੀ ਚੱਲ ਲੈ ਜਾ, ਉਹਦੇ ਕੋਲ ਨਹੀਂ ਦਿੰਦੇ ਗਏ, ਉਹਨੇ ਕਹਿਣਾ ਯਾਰ ਮੈਂ ਤੈਨੂੰ ਆਪਸ਼ਨ ਦਿੰਦਾ, ਆਪਸ਼ਨ ਕੀ ਸੀ, ਤੂੰ ਕਮੇਟੀ ਪਾ ਲਾ ਮੇਰੇ ਕੋਲ ਪਾ ਲਾ, ਕੋਈ ਗੱਲ ਨਹੀਂ ਕਮੇਟੀ ਪਾ ਲਾ, ਕਮੇਟੀਆਂ ਤਾਰੀ ਜਾ ਤਾਰੀ ਜਾ ਤਾਰੀ ਜਾ, ਅਤੇ ਭਾਵੇਂ ਪਹਿਲੀ ਕਮੇਟੀ ਚੁੱਕ ਕੇ ਮੈਨੂੰ ਦੇ ਦਿਓ, ਉਹ ਕਮੇਟੀਆਂ ਮੁੜ ਕੇ ਤਾਰੀ ਜਾਏ। ਮੈਂ ਕਹਿੰਦਾ ਇੱਦਾਂ ਦਾ ਇਨਸਾਨ ਦੁਨੀਆਂ ਦੇ ਵਿੱਚ ਜੇ ਕਿਤੇ ਹਰ ਘਰ ਦੇ ਵਿੱਚ ਇੱਕ ਇੱਕ ਬੱਚਾ ਜਾਣ ਪਵੇ ਮਾਸਟਰ ਰਣਜੀਤ ਸਿੰਘ ਵਰਗਾ, ਤੇ ਮੈਂ ਕਹਿੰਦਾ ਵੀ ਜਿਹੜੇ ਕਹਿੰਦੇ ਨੇ ਵੀ ਯੁੱਗ ਪਿੰਡੀ ਹੋ ਗਿਆ, ਯੁੱਗ ਪਿੰਡੀ ਹੋ ਜਾਏਗਾ, ਸਤਯੁੱਗ ਆ ਗਿਆ, ਕਲਯੁੱਗ ਤੋਂ ਸਤਯੁੱਗ ਆ ਗਿਆ। ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਹੋਰ ਵੀ ਹੋ ਸਕਦਾ ਉਦਾਰੇ ਹੋਣ, ਸੋ ਇਹਨਾਂ ਗੱਲਾਂ ਦੇ ਨਾਲ ਹੀ ਪਰਮਾਤਮਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਬਲਕਾਰ ਸਿੰਘ ਦੱਸ ਕੇ ਗਏ, ਅਸੀਂ ਚੀਜ਼ ਤੋਂ ਜਾਣੂ ਹੈ ਕਿ ਮਾਸਟਰ ਜੀ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾ ਸੀ। ਕੁਛ ਦਿਨ ਪਹਿਲਾਂ ਸਾਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ, ਪਰੰਤੂ ਉਹਨਾਂ ਦੁਆਰਾ ਪਰਿਵਾਰ ਨੂੰ ਦਿੱਤੀ ਹੋਈ ਅਗਵਾਈ, ਸਿੱਖਿਆ, ਆਪਣੇ ਸਾਕ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰਾਂ ਦੇ ਨਾਲ ਜਿਨ੍ਹਾਂ ਦਾ ਵਰਤਾਓ ਸੀ, ਉਹ ਹਮੇਸ਼ਾ ਪਰਿਵਾਰ ਨੂੰ ਸੰਗੀ ਸਾਥੀਆਂ ਨੂੰ ਯਾਦ ਆਉਂਦਾ ਰਹੂਗਾ, ਔਰ ਉਹ ਅਗਵਾਈ ਉਹਨਾਂ ਦੀ ਸਿੱਖਿਆ ਸਾਡੀ ਅਗਵਾਈ ਕਰਦੀ ਰਹੂਗੀ। ਜਿਵੇਂ ਇਹਨਾਂ ਦੱਸਿਆ ਸਾਥੀ ਨੇ ਕਿ ਸਾਡਾ ਪਿੰਡ ਖਤਰਾ, ਮੈਂ ਸਮਝਦਾ ਹਾਂ ਕਿ ਉਹਨਾਂ ਦੇ ਮਾਤਾ ਪਿਤਾ ਇਸ ਮਾਣ ਦੇ ਹੱਕਦਾਰ ਹੈ ਕਿ ਜਿੰਨਾ ਸਮਿਆਂ ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ, 55 ਸਾਲ ਪਹਿਲਾਂ ਮਾਸਟਰ ਜੀ ਹੋਣਾ ਨੇ BA BEd ਦੀ ਕੁਆਲੀਫਿਕੇਸ਼ਨ ਹਾਸਲ ਕੀਤੀ ਅਤੇ ਸਾਡੇ ਪਿੰਡਾਂ ਨੂੰ ਸਾਈਕਲ ਵੀ ਨਹੀਂ ਜ਼ਿਆਦਾ ਹੁੰਦਾ, ਹੋਰ ਬੱਸਾਂ ਜਾਣ ਲੱਗੀਆਂ, ਅਸੀਂ ਵੀ 15 ਸਾਲ 18 ਸਾਲ ਤੋਂ ਸ਼ਹਿਰ ਆ ਕੇ ਬੈਠੇ ਹਾਂ ਕਿ ਸਾਡੇ ਬੱਚਿਆਂ ਦੇ ਆਉਣ ਜਾਣ ਲਈ ਕੋਈ ਸਾਧਨ ਨਹੀਂ ਹੈ, ਉਹ ਉਦੋਂ ਵੀ ਨਹੀਂ ਸੀ, ਔਰ ਜਦੋਂ ਇਹ ਮਾਸਟਰ ਜੀ ਹੋਣਾ ਨੇ ਇਹ ਕੁਆਲੀਫਿਕੇਸ਼ਨ ਹਾਸਲ ਕੀਤੀ ਉਦੋਂ ਦੀ ਸਥਿਤੀ ਪਿੰਡਾਂ ਦੀ ਇਹ ਸੀ, ਵੈਸੇ ਬਹੁਤੇ ਘਰਾਂ 'ਚ ਸਾਈਕਲ ਵੀ ਨਹੀਂ ਹੈ। ਮੈਂ ਉਸ ਮਾਤਾ ਪਿਤਾ ਨੂੰ ਔਰ ਇਹਨਾਂ ਦੀ ਮਿਹਨਤ ਨੂੰ ਸਲੂਟ ਕਰਦਾ ਕਿ ਬਹੁਤ ਮਿਹਨਤ ਕੀਤੀ ਇਹਨਾਂ ਨੇ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ, ਛੋਟੇ ਭਰਾਵਾਂ ਲਈ ਵੀ, ਇਹਨਾਂ ਦਾ ਛੋਟਾ ਬ੍ਰਦਰ ਜਗਿੰਦਰ ਸਿੰਘ ਜੀ ਬੈਠੇ ਆ ਮੇਰੇ ਜਵਾਤੀ ਹੈ, ਸਾਰੇ ਉਹਨਾਂ ਦੀ ਅਗਵਾਈ ਦੇ ਨਾਲ ਸਮਾਜ ਦੇ ਵਿੱਚ ਬਹੁਤ ਵਧੀਆ ਥਾਵਾਂ 'ਤੇ ਸੈਟਲ ਹੋਏ। ਇਹਨਾਂ ਲਗਭਗ 40 ਸਾਲ ਐਜੂਕੇਸ਼ਨ ਬੈਂਕ ਵਿੱਚ ਸਰਵਿਸ ਕੀਤੀ ਹੈ, ਕਿਆਮਪੁਰ ਤੋਂ ਬਾਅਦ ਬਹੁਤ ਲੰਬਾ ਸਮਾਂ ਸਾਡੇ ਆਪਣੇ ਪਿੰਡ ਖਤਰਾਈ ਕਲਾਂ ਹਾਈ ਸਕੂਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸਿੱਖਿਆ ਦੇਣਾ, ਇੱਕ ਛੋਟੇ ਛੋਟੇ ਬੱਚਿਆਂ ਨੂੰ ਅੱਖਰ ਗਿਆਨ ਦੇਣਾ, ਇਹ ਇੱਕ ਅਧਿਆਪਕ ਦੇ ਹਿੱਸੇ ਆਇਆ ਹੈ, ਔਰ ਅਧਿਆਪਕ ਦਾ ਬੜਾ ਅੱਛਾ ਸਤਿਕਾਰ ਅਤੇ ਮਾਣ ਜਿਹੜਾ ਹੈ ਉਹ ਸਮਾਜ 'ਚ ਹੁੰਦਾ ਹੈ। ਪਰੰਤੂ ਹੋਰ ਜਿਵੇਂ ਆਪ ਅਸੀਂ ਗੱਲ ਕਰ ਲੈਂਦੇ ਹਾਂ ਕਿ ਅਧਿਆਪਕ ਦਾ ਮਾਣ ਸਤਿਕਾਰ ਨਹੀਂ ਰਿਹਾ, ਉਹਦਾ ਇੱਕ ਰੀਜ਼ਨ ਵੀ ਆ ਕਿ ਜਿਹੜੇ ਸਮਿਆਂ ਦੇ ਵਿੱਚ ਮਾਸਟਰ ਦੀ ਨੌਕਰੀ 'ਚ ਆਏ, ਅੱਜ ਤੋਂ 40 ਸਾਲ ਪਹਿਲਾਂ ਜਿਹੜੇ ਬੱਚੇ ਪੜ੍ਹੇ ਸੀ, ਬਹੁਤ ਸਾਰੇ ਲੋਕ ਉਹਨਾਂ ਦੇ ਵਿੱਚ ਵੈਲ ਸੈਟਲਡ ਨੇ,
ਟੀਚਰ ਲੱਗੇ ਹੋਏ ਆ, ਕਲਰਕੀਆਂ ਨਰਸਿਸ ਲੱਗੀਆਂ ਹੋਈਆਂ, ਡਾਕਟਰ ਲੱਗੇ ਹੋਏ ਆ, ਤੇ ਉਹ ਬੱਚੇ ਟੀਚਰ ਦਾ ਮਾਣ ਸਤਿਕਾਰ ਕਰਦੇ ਆ, ਕਿਉਂਕਿ ਬੱਚੇ ਹੀ ਟੀਚਰ ਦੀ ਫਸਲ ਹੁੰਦੀ ਆ, ਤੇ ਜੇ ਫਸਲ ਦਾ ਮੁੱਲ ਚੰਗਾ ਪੈਂਦਾ ਹੈ ਤਾਂ ਉਸ ਕਿਸਾਨ ਦੀ ਪੁੱਛਗਿੱਛ ਹੁੰਦੀ ਆ ਕਿ ਇਹਦੀ ਫਸਲ ਦਾ ਮੁੱਲ ਚੰਗਾ ਪਿਆ। ਲੇਕਿਨ ਅੱਜ ਕੀ ਸਥਿਤੀ ਹੈ, ਅੱਜ ਟੀਚਰ ਦਾ ਮੁੱਲ ਕਿਉਂ ਨਹੀਂ ਹੈ ਕਿ ਐਜੂਕੇਸ਼ਨ ਵਪਾਰ ਬਣ ਗਿਆ। ਜਦ ਕੋਈ ਪੈਸੇ ਉਹ ਖਰੀਦ ਲਵੇ, ਸਕੂਲ ਸਰਕਾਰੀ ਖਤਮ ਹੋ ਰਿਹਾ, ਸਕੂਲਾਂ 'ਚ ਟੀਚਰ ਨਹੀਂ ਹੈ, ਹਸਪਤਾਲਾਂ 'ਚ ਡਾਕਟਰ ਨਹੀਂ ਹੈ, ਤਾਂ ਲੋਕ ਸਾਰਾ ਕੁਛ ਮੁੱਲ ਖਰੀਦਦੇ ਆ ਤੇ ਇੱਜ਼ਤ ਕਾਹਦੀ ਕਰਦੇ। ਅਸੀਂ ਸਾਡੇ ਸਿਸਟਮ ਨੇ ਸਾਨੂੰ ਇੱਥੇ ਬਚਾ ਦਿੰਦਾ ਹੈ ਕਿ ਜਿਹਦੇ ਕੋਲ ਚਾਰ ਪੈਸੇ ਹੈਗੇ ਆ ਉਹ ਖਰੀਦ ਲਓ। ਤਗੜੇ ਲੋਕਾਂ ਲਈ ਵੱਖਰੇ ਹੌਸਪੀਟਲ ਨੇ, ਤਗੜੇ ਲੋਕਾਂ ਲਈ ਵੱਖਰੇ ਹਸਪਤਾਲ ਨੇ, ਵੱਖਰੇ ਸਕੂਲ ਨੇ, ਈਵਨ ਦੈਨ ਕਿ ਨਵੀਆਂ ਸੜਕਾਂ ਵੀ ਤਗੜੇ ਲੋਕਾਂ ਲਈ ਵੱਖਰੀਆਂ ਬਣ ਜਾ ਰਹੀਆਂ। ਸੋ ਇਸ ਕਰਕੇ ਟੀਚਰ ਦੀ ਇੱਜ਼ਤ 'ਤੇ ਫਰਕ ਜ਼ਰੂਰ ਪਿਆ, ਪਰੰਤੂ ਇਹ ਸਾਡੇ ਸਰਕਾਰੀਓ ਮੇਰੇ ਸਾਥੀ ਇਹ ਇਸ ਚੀਜ਼ ਦੇ ਹੱਕਦਾਰ ਹੈ ਕਿ ਇਹਨਾਂ ਦੀ ਪਨੀਰੀ, ਇਹਨਾਂ ਦੇ ਪੜ੍ਹੇ ਹੋਏ ਲੋਕ ਸਾਡੇ ਸਮਾਜ ਵਿੱਚ ਬਹੁਤ ਅੱਛੀ ਤਰ੍ਹਾਂ ਰਹਿ ਰਹੇ ਆ, ਬੜੇ ਅੱਛੇ ਢੰਗ ਨਾਲ ਨੌਕਰੀਆਂ ਕਰ ਰਹੇ ਆ, ਔਰ ਇਹਨਾਂ ਨੇ ਬਹੁਤ ਮਾਣ ਸਤਿਕਾਰ ਕੱਢਿਆ। ਲਗਭਗ 20 ਸਾਲ ਮੈਂ ਲਸ਼ਕਰੀ ਨਿਕਲ ਸਕੂਲ ਸੀ, ਇਹ ਖਤਰਾਏ ਕਲਾਂ ਸੀ, ਮੇਰਾ ਕੰਪਲੈਕਸ ਸੀ, ਸਾਡੇ ਹੈਡਮਾਸਟਰ ਵੀ ਰਹੇ ਨੇ, ਮੇਰਾ ਇਹਨਾਂ ਨਾਲ ਪਿੰਡ ਹੋਣ ਕਰਕੇ ਬਹੁਤ ਨੇੜੇ ਦਾ ਸੰਬੰਧ ਸੀ। ਇੱਕ ਟੀਚਰ ਹੋਣ ਦੇ ਨਾਲ ਨਾਲ, ਇੱਕ ਵਧੀਆ ਅਧਿਆਪਕ ਹੋਣ ਦੇ ਨਾਲ ਨਾਲ, ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਇਹ ਦਫ਼ਤਰੀ ਕੰਮ ਦੇ ਵੀ ਇੰਨੇ ਮਹਾਂ ਸੀ ਕਿ ਜਿਹੜੀ ਫਾਈਲ, ਜਿਹੜਾ ਕਾਗਜ਼ ਇਹਨਾਂ ਦੇ ਹੱਥ ਰਾਹੀਂ ਲੰਘਿਆ ਉਹ ਕਿਸੇ ਦਫ਼ਤਰ 'ਚ ਓਬਜੈਕਸ਼ਨ ਲਾ ਕੇ ਨਹੀਂ ਲਿਆਉਂਦਾ। ਸੋ ਇਹਨਾਂ ਦੇ ਵਿੱਚ ਇੱਕ ਸਿੱਖਣ ਦਾ ਮਤ ਸੀ, ਪੜ੍ਹਾਉਣਾ, ਸਿੱਖਣਾ, ਮਿਹਨਤ ਕਰਨੀ ਇਹਨਾਂ ਦਾ ਗੁਣ ਸੀ। ਸੋ ਜਦੋਂ ਇਹ ਰਿਟਾਇਰ ਹੋਏ ਉਸ ਦੇ ਬਾਅਦ, ਜਿਵੇਂ ਬਲਕਾਰ ਸਿੰਘ ਹੋਣਾ ਦੱਸਿਆ ਕਿ ਇਹਨਾਂ ਨੇ ਆਪਣੇ ਆਪ ਨੂੰ ਬਹੁਤ ਵਧੀਆ ਹਨੇਰੇ 'ਚ ਰੱਖਿਆ। ਅਸੀਂ ਕਈ ਵਾਰੀ ਪੁੱਛਦਾ ਕਿ ਤੁਸੀਂ ਸ਼ਾਇਦ ਆਰਾਮ ਕਰਿਆ ਕਰੋ, ਬੱਚਿਆਂ ਕੋਲ ਰਹੋ, ਪਰ ਉਹ ਕਹਿੰਦੇ ਹੁੰਦੇ ਸੀ ਬੱਚੇ ਸੈਟਲ ਨੇ। ਮੈਂ ਰੋਜ਼ ਪਿੰਡ ਆ ਜਾਂਦਾ, ਮੈਂ ਸਵੇਰੇ ਨਹਾ ਧੋ ਕੇ ਪੱਗ ਬੰਨਦਾ, ਮੈਨੂੰ 20 ਬੰਦੇ ਮਿਲਦੇ ਆ, ਮੈਨੂੰ 40 ਬੰਦੇ ਮਿਲਦੇ ਆ, ਔਰ ਪਿੰਡ ਦੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵਿਚਕਾਰਲੀ ਪੀੜ੍ਹੀ ਤੋਂ ਲੈ ਕੇ ਬਜ਼ੁਰਗਾਂ ਤੱਕ ਇਹਨਾਂ ਦਾ ਬਹੁਤ ਮਾਣ ਸਤਿਕਾਰ ਸੀ, ਕਿਉਂਕਿ ਹਰ ਵਿਅਕਤੀ ਦੇ ਕੰਮ ਆਉਂਦੇ ਸੀ। ਬਹੁਤ ਲੋਕਾਂ ਦੇ ਅੱਜ ਲੋਕ ਯਾਦ ਕਰਦੇ ਆ, ਜਿਹੜੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਹੁੰਦੇ ਸੀ ਉਹ ਰੋਂਦੇ ਆ ਕਿ ਸਾਡੀ ਬਾਂਹ ਟੁੱਟ ਗਈ ਹੈ, ਅਸੀਂ ਕਿਹਦੇ ਕੋਲ ਜਾ ਕੇ ਆਸਰਾ ਲੈਣਾ। ਸੋ ਜਿਵੇਂ ਬਲਕਾਰ ਸਿੰਘ ਨੇ ਦੱਸ ਕੇ ਗਏ, ਬਿਲਕੁਲ ਦਰੁਸਤ ਹੈ ਕਿ ਪਿੰਡ ਜਾ ਕੇ ਲੋਕਾਂ ਦੀ ਸੇਵਾ ਹੀ ਕਰਦੇ ਸੀ। ਅੱਜ ਮੈਂ ਦੇਖ ਰਿਹਾ ਕਿ ਜੇ ਪਿੰਡ ਇਹ ਸਵਾਗਤ ਹੁੰਦਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ। ਫਿਰ ਵੀ ਮੈਂ ਦੇਖ ਰਿਹਾ ਕਿ ਸਾਡੇ ਪਿੰਡ ਤੋਂ ਸੁਖਦੇਵ ਲਾਲ ਜੀ ਕਾਲੀਆ ਸਾਡੇ ਅਧਿਆਪਕ ਸਾਥੀ ਹੈ, ਸਰਦਾਰ ਧਰਮੀਰ ਸਿੰਘ ਜੀ ਸਰਕਾਰੀਆ ਸਰਪੰਚ ਨੇ ਕਤਰਾਵਾਂ ਤੋਂ, ਦਲਜੀਤ ਸਿੰਘ ਜੀ ਸਰਪੰਚ ਨੇ ਕਤਰਾਵਾਂ ਤੋਂ, ਦਰਬਾਰ ਸਿੰਘ ਜੀ ਪੱਟੀ ਹੈ, ਹੋਰ ਬਹੁਤ ਸਾਰੇ ਸਾਥੀ ਜਿਹਨਾਂ ਦੇ ਮੈਂ ਨਾਮ ਨਹੀਂ ਲੈ ਸਕਦਾ, ਬਹੁਤ ਸਾਰੇ ਸਾਥੀ ਇੱਥੇ ਪਹੁੰਚੇ ਆ। ਉਹਨਾਂ ਦਾ ਸਨੇਹ ਸੀ, ਉਹਨਾਂ ਦਾ ਪਿਆਰ ਸੀ ਇਹਨਾਂ ਦੇ ਨਾਲ, ਇਸ ਕਰਕੇ ਉਹ ਅੱਜ ਇੱਥੇ ਸ਼ਾਮਿਲ ਹੋਏ ਆ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪਣੀ ਗੱਲ ਨੂੰ ਇੱਥੇ ਸਮਾਪਤ ਕਰਦਾ ਹੈ ਕਿ ਇਹਨਾਂ ਦੀ ਪਰਿਵਾਰ ਨੂੰ ਜਿੱਥੇ ਦੇਣ ਹੈ ਉੱਥੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦੇ ਕੇ ਬਹੁਤ ਟਿਕਾਣੇ ਸੈਟਲ ਕੀਤਾ ਹੈ, ਬਹੁਤ ਵਧੀਆ ਹੈ, ਪਰੰਤੂ ਫਿਰ ਵੀ ਮੌਤ ਅਡਲ ਹੈ, ਇਹ ਸੱਚਾਈ ਹੈ।
ਪਰ ਜੇ ਕਿਵੇਂ ਉਹਨਾਂ ਦੀ ਸਿਹਤ ਅੱਛੀ ਸੀ ਰੋਜ਼ ਉਹ ਪਿੰਡ ਜਾਂਦੇ ਸੀ। ਅਜੇ ਇਹਦੇ ਉਮੀਦ ਨਹੀਂ ਸੀ ਕੀਤੀ ਜਾ ਸਕਦੀ ਕਿ ਇੱਦਾਂ ਦੀ ਘਟਨਾ ਵਾਪਰ ਜਾਵੇਗੀ। ਫਿਰ ਵੀ ਮੈਂ ਸਮਝਦਾ ਕਿ ਬੱਚਿਆਂ ਨੂੰ ਉਹਨਾਂ ਦੀ ਯੋਗ ਅਗਵਾਈ ਦੀ ਲੋੜ ਸੀ। ਅਜੇ ਕੁਛ ਸਮਾਂ ਸਾਡੇ ਚ ਹੋ ਰਹੀ ਤੇ ਅਤੇ ਬੱਚਿਆਂ ਨੂੰ ਇਹ ਸਾਥ ਮਾਨਣ ਦਾ ਮੌਕਾ ਮਿਲਦਾ। ਬਹੁਤ ਬਹੁਤ ਧੰਨਵਾਦ ਜੀ। ਕਰਾਂਗਾ ਖਤਰਾਏ ਖੁਦ ਸਰਪੰਚ ਧਨਵੀਰ ਸਿੰਘ ਉਹਨਾਂ ਅਸਾਂਗਾ ਪਤੀ ਸਾਂਝੀ ਕਰੋ ਐਮ ਜੀ ਕਰਤਾਰ ਸਾਹਿਬ ਐਮ ਜੀ। ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਸਰਦਾਰ ਬਲਜੀਤ ਸਿੰਘ ਵਰਗੇ ਜੀ ਜੋ ਸਾਡੇ ਵਿੱਚ ਨਹੀਂ ਰਹੇ ਉਹਨਾਂ ਨੂੰ ਅੰਤਮ ਦਾ ਸ਼ਾਮਿਲ ਹੋਣ ਵਾਸਤੇ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਹਨ। ਬਾਕੀ ਮਾਸਟਰ ਜੀ ਇੱਕ ਬਹੁਤ ਮਤਲਬ ਇੱਕ ਬੜਾ ਮਾਣ ਵਾਲਾ ਲਫ਼ਜ਼ ਹੈ ਜਿਹਨੂੰ ਬਾਬਾ ਮਾਸਟਰ ਜੀ ਕਹਿੰਦੇ ਹਨ। ਇੱਕ ਬਹੁਤ ਵੱਡਾ ਸਮਾਜ ਦੇ ਵਿੱਚ ਇਸ ਬਾਕੀ ਹੋਣ ਦਾ ਮੁੰਡਾ ਮਤਲਬ ਬਹੁਤ ਵੱਡਾ ਮਾਣ ਵਾਲਾ ਇੱਕ ਲਫ਼ਜ਼ ਹੈ ਕਿਉਂਕਿ ਅੱਜ ਆਪਾਂ ਸਾਰੇ ਇੱਥੇ ਬੈਠੇ ਹਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਕੋਈ ਕੰਮ ਕਰਦੇ ਹਾਂ ਅਤੇ ਸਭ ਤੋਂ ਵੱਡਾ ਮਾਣ ਹੈ ਇੱਕ ਮਾਸਟਰ ਹੋਣ ਦੀ ਵਜ੍ਹਾ ਕਰਕੇ ਹੀ ਸਾਨੂੰ ਮਿਲਿਆ ਕਿਉਂਕਿ ਮਾਸਟਰ ਹੋਣਾ ਨੇ ਜਿਹੜਾ ਸਾਡਾ ਜੋ ਮਤਲਬ ਸਾਡੇ ਵਿੱਚ ਸਮਾਜ ਦੇ ਵਿੱਚ ਬੜੀ ਜਗ੍ਹਾ ਹੈ ਇੱਕ ਸਿਰਫ ਮਾਸਟਰ ਦੀ ਵਜ੍ਹਾ ਕਰਕੇ ਕਿਉਂਕਿ ਸਾਨੂੰ ਆਪਣਾ ਜ਼ਿੰਦਗੀ ਦੇ ਵਿੱਚ ਜੋ ਕੁਛ ਮੈਂ ਪੜ੍ਹਾਇਆ ਲਿਖਾਇਆ ਸਿਖਾਇਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਆ। ਬਹੁਤ ਹੀ ਜ਼ਿਆਦਾ ਇੱਕ ਮਾਣ ਵਾਲੀ ਗੱਲ ਹੈ ਇੱਕ ਮਾਸਟਰ ਹੋਣਾ ਬੜੀ ਮਾਣ ਵਾਲੀ ਗੱਲ ਹੈ। ਬਾਕੀ ਪਰਸੋਂ ਹੀ ਮੈਨੂੰ ਪਤਾ ਨਹੀਂ ਸੀ ਸਾਹਿਬ ਮਸਲੇ ਦਾ ਕਿ ਮਾਸਟਰ ਜੀ ਪੂਰੀ ਹੋਏਗਾ। ਡਾਕਟਰ ਸਾਹਿਬ ਨਾਲ ਗੱਲ ਹੋਈ ਕੱਲ ਸ਼ਾਮੀ ਮੇਰੀ ਅਤੇ ਮੇਰੇ ਬੇਟੇ ਦਾ ਵਿਆਹ ਸੀ ਕੀਤੀ ਨੂੰ ਵੀ ਉਹ ਵਿਆਹ ਨਹੀਂ ਆਏਗੀ ਗੱਲ ਹੋਈ ਮਾਸਟਰ ਹੋਈ ਕਾਟ ਤਾਂ ਇੰਨੀ ਹੈ ਉਹਦੇ ਵਿਆਹ ਗੱਲ ਹੋ ਗਈ ਬੜੀ ਰਾਤੀ ਹੋਈ ਤਾਂ ਸੁਣ ਕੇ ਗੱਲ ਅਤੇ ਚੰਗੇ ਭਲੇ ਆ ਸਾਥੀ ਮੈਰਿਜ ਉੱਥੇ ਆਏ ਸੀਗੇ ਅਤੇ ਬੜੀ ਰਾਤੀ ਹੋਈ ਮਾਂ ਨੂੰ ਸੁਣ ਕੇ ਬੜੀ ਬਾਈ ਗੱਲ ਹੋਈ ਚੰਗੇ ਭਲੇ ਵਧੀਆ ਮੈਨੂੰ ਜਿਸ ਤਰ੍ਹਾਂ ਪਹਿਲਾਂ ਮਾਸਟਰ ਨੂੰ ਦੱਸਿਆ ਕਿ ਬਹੁਤ ਹੀ ਮਿਹਨਤ ਸਾਰ ਬਹੁਤ ਹੀ ਵਧੀਆ ਪਰਿਵਾਰ ਬਹੁਤ ਹੀ ਵਧੀਆ ਸਮਾਜ ਵਿੱਚ ਵਾਲੇ ਪਰਿਵਾਰ ਸੀਗੇ ਅਤੇ ਜੋ ਇਹ ਘਾਟਾ ਪਿਆ ਹੈ ਮਤਲਬ ਇਹਨਾਂ ਨੂੰ ਇਸ ਟਾਈਮ ਜੋ ਘਾਟਾ ਪਰਿਵਾਰ ਨੂੰ ਪਿਆ ਹੈ ਮੈਂ ਸਮਝਦਾ ਇਕੱਲੇ ਪਰਿਵਾਰ ਨੂੰ ਨਹੀਂ ਪਿਆ ਬਾਕੀ ਸਾਰੇ ਸਾਡੇ ਇਲਾਕੇ ਨੂੰ ਸਾਡੇ ਪਿੰਡਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਬਹੁਤ ਹੀ ਜ਼ਿਆਦਾ ਮੈਂ ਮਹਿਸੂਸ ਕਰਦਾ ਇਸ ਗੱਲ ਨੂੰ ਬਹੁਤ ਵੱਡਾ ਘਾਟਾ ਪਿਆ। ਬਾਕੀ ਮੈਂ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਆਪਣੇ ਵੱਲੋਂ ਪਰਿਵਾਰ ਦਾ ਦੁੱਖ ਸਾਂਝਾ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਕਰਾਂਗਾ ਜੀ ਸਵਰਗ ਵਾਸੀ ਮੇਰੇ ਵੱਡੇ ਭਰਾ ਮਾਸਟਰ ਬਲਜੀਤ ਸਿੰਘ ਜੀ ਦੇ ਬਰਾਗਮਈ ਸਮਾਗਮ ਵਿੱਚ ਜੁਗੋ ਜੁਗ ਅਟਲ ਸਾਹਿਬੇ ਕੁਮਾਰ ਦੋ ਜਹਾਂ ਦੇ ਵਾਲੀ ਦੇ ਆਸਰੇ ਦੇ ਆਸਰੇ ਲੋਕਾਂ ਦੀ ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਧ ਸੰਗਤ ਦੇ ਬੈਠੇ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਬੱਚੋ ਅਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਪੰਜਾਬੀ ਜਗ ਨਾ ਕੋਈ ਖੇਡਿਆ ਅਤੇ ਮਾਂ ਬਾਪ ਸੰਸਾਰ ਸਾਡੇ ਸਤਿਕਾਰਯੋਗ ਮਾਸਟਰ ਬਲਜੀਤ ਸਿੰਘ ਜੀ ਸੁਵਾਸਾਂ ਦੀ ਜੋ ਪੂੰਜੀ ਪਰਮਾਤਮਾ ਪਾਸੋਂ ਲੈ ਕੇ ਆਏ ਸਨ ਉਹ ਭੋਗ ਕੇ ਚਲੇ ਗਏ। ਮੌਤ ਇੱਕ ਅਟਲ ਸੱਚਾਈ ਹੈ ਜਿਸ ਤੋਂ ਮਨੁੱਖ ਨਹੀਂ ਹੋਇਆ ਜਾ ਸਕਦਾ ਉਹ ਕਿਸ ਵੇਲੇ ਕਿਸ ਘੜੀ ਕਿਸ ਪਲ ਕਦੋਂ ਅਤੇ ਕਿੱਥੇ ਆ ਜਾਵੇ ਅੱਜ ਤੱਕ ਕਿਸੇ ਨੂੰ ਤੋਂ ਪਤਾ ਨਹੀਂ ਚੱਲਿਆ। ਪਰ ਜੋ ਮਨੁੱਖ ਸਮਾਜ ਵਿੱਚ ਆ ਕੇ ਕੋਈ ਚੰਗੀਆਂ ਗੱਲਾਂ ਕੋਈ ਵਧੀਆ ਗੱਲਾਂ ਕੋਈ ਨਵੀਆਂ ਪੈਣਾਂ ਕੋਈ ਨਵੇਂ ਦਿਸਦੇ ਸਮਾਜ ਵਿੱਚ ਕਰ ਦਿੰਦੇ ਤਾਂ ਫਿਰ ਦੁਨੀਆ ਇਸੇ ਤਰ੍ਹਾਂ ਯਾਦ ਕਰਦੀ ਹੈ ਜਿਵੇਂ ਉਹਨਾਂ ਦੇ ਜੀਵਨ ਭਰ ਦੇ ਕੀਤੀ ਕਮਾਈ ਦੇ ਵਿੱਚੋਂ ਇਲਾਕੇ ਵਿੱਚੋਂ ਵੱਖ ਵੱਖ ਸਮਾਜਿਕ ਸਿਆਸੀ ਸਾਡੇ
ਪ੍ਰਜਾਤੰਤਰ ਦੇ ਜਿਹੜਾ ਫੁੱਟ ਹੈ ਪੰਚਾਇਤਾਂ ਉਹਨਾਂ ਦੇ ਸਰਪੰਚ ਪੰਚ ਇਸੇ ਤਰ੍ਹਾਂ ਹੀ ਹੋਰ ਸਭ ਸੰਗਤ ਦੀ ਆਈ ਹੈ। ਕੋਈ ਵੀ ਮਨੁੱਖ ਜਦੋਂ ਪਰਲੋਕ ਗਮਨ ਕਰਦਾ ਹੈ ਤਾਂ ਉਹ ਜਿਸ ਵੀ ਧਰਮ ਨਾਲ ਸੰਬੰਧਿਤ ਹੁੰਦਾ ਹੈ ਬੈਠ ਕੇ ਪਹਿਲੇ ਤਾਂ ਕਿਰਿਆਕਰਮ ਕੀਤਾ ਜਾਂਦਾ ਜਿਵੇਂ ਕਿ ਬਸ ਬਲਜੀਤ ਸਿੰਘ ਜੀ ਸਿੱਖ ਧਰਮ ਨਾਲ ਸੰਬੰਧਿਤ ਸੀ, ਪਰਸੋਂ ਰੋਜ਼ ਤੋਂ ਅਖੰਡ ਪਾਠ ਰੱਖੇ ਗਏ, ਅੱਜ ਦੋ ਘਰ ਪਹਿਲ ਸੀ ਉੱਥੇ ਵੀ ਅਤੇ ਇੱਥੇ ਵੀ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਗੁਰੂ ਦਾ ਜਸ ਗਾਇਆ ਅਤੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਵੀ ਬਾਦਸ਼ਾਹ ਜੀ ਦੇ ਜ਼ਿੰਦਗੀ ਬਾਰੇ ਉਹਨਾਂ ਨਾਲ ਬਿਤਾਏ ਪਲਾਂ ਬਾਰੇ ਉਹਨਾਂ ਨਾਲ ਹਟਾਈ ਜ਼ਿੰਦਗੀ ਬਾਰੇ ਵੱਖ ਵੱਖ ਪਹਿਲੂਆਂ ਤੋਂ ਜਾਣ ਪਾਇਆ ਅਤੇ ਮੈਨੂੰ ਬਾਬਾ ਲੰਮੇ ਸਮੇਂ ਤੋਂ ਅਸੀਂ ਬਿਲਕੁਲ ਸਾਡਾ ਘਰ ਵੀ ਆਹਮੋ ਸਾਹਮਣੇ ਹੈ ਮਿਲਦੇ ਬੈਠਦੇ ਕਰਦੇ ਸਵੇਰ ਤੋਂ ਸ਼ਾਮ ਤੱਕ ਦੀ ਜ਼ਿੰਦਗੀ ਨੇ ਘਟਨਾਵਾਂ ਨੂੰ ਬਚਣਾ ਕਰਨਾ ਸਾਰਾ ਕੁਝ ਨੇੜੇ ਤੋਂ ਜਾਣਾ ਮਲਾਫੜੇ ਸਭਾ ਦੇ ਅਤੇ ਗੁਰੂ ਦੇ ਉਹ ਟਾਸਰੇ 'ਤੇ ਚੱਲਣ ਵਾਲੇ ਭਈ ਪ੍ਰਾਪਤ ਮਨੁੱਖ ਦੇ ਉੜੀਆ ਗੋਬਿੰਦ ਮਿਲ ਗਈ ਇਹ ਤੇਰੀ ਬਾਈਆ ਇਹ ਜੋ ਜ਼ਿੰਦਗੀ ਆਪਾਂ ਪਰਮਾਤਮਾ ਪਾਸੋਂ ਲੈ ਕੇ ਆਉਂਦੇ ਹਾਂ ਅਤੇ ਉਹ ਜ਼ਿੰਦਗੀ ਦਾ ਸਰੂਪ ਜੋ ਹੈ ਆਤਮਾ ਪਰਮਾਤਮਾ ਤੱਕ ਦੇ ਮੇਲ ਨਾਮ ਹੁੰਦਾ ਅਤੇ ਜਦੋਂ ਗੱਲ ਕਰੀਏ ਬਾਦਸ਼ਾਹ ਜੀ ਉਹਨਾਂ ਦੀ ਅਤੇ ਸਵੇਰੇ ਉੱਠਦੇ ਇਸ਼ਨਾਨ ਪਾਣੀ ਕਰਨ ਤੋਂ ਪਹਿਲਾਂ ਬਾਅਦ ਉਹਨਾਂ ਨੇ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਵੀ ਰਹਿਰਾਸ ਦਾ ਪਾਠ ਕਰਨਾ ਇਹ ਉਹਨਾਂ ਦਾ ਚਿੰਤ ਪ੍ਰਤੀ ਦਾ ਜਿੱਥੇ ਕੰਮ ਸੀ ਅਤੇ ਉਸਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਜਿਹੜੀ ਸੀ ਪੜ੍ਹਨ ਲਿਖਣ ਤੋਂ ਬਾਅਦ ਇੱਕ ਐਸਾ ਪੇਸ਼ਾ ਉਹਨਾਂ ਨੇ ਅਖਤਿਆਰ ਕੀਤਾ ਜੋ ਸਾਡੇ ਸਮਾਜ ਦੇ ਸਿਰਜਣਹਾਰ ਦੇ ਪੇਸ਼ੇ ਦੇ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਪਾਸ ਇੱਕ ਐਸਾ ਹੀ ਐਜੂਕੇਸ਼ਨ ਦੀ ਉਹ ਪੇਸ਼ਾ ਜਿਹੜਾ ਉਹਨਾਂ ਨੇ ਵਿਚਾਰ ਕੀਤਾ ਉਹਦੇ ਕੋਲ ਨੰਨੇ ਮੁੰਨੇ ਬੱਚੇ ਜਿਹੜੇ ਹੱਸਦੇ ਨੱਚਦੇ ਟੱਪਦੇ ਚਿਹਰੇ ਵਾਲੇ ਜਿਹੜੇ ਜਾਂਦੇ ਨੇ ਇੱਕ ਨਵੀਆਂ ਉਮੰਗਾਂ ਇੱਕ ਨਵੀਂ ਚਾਹ ਇੱਕ ਨਵੀਆਂ ਇਸ਼ਾਵਾਂ ਲੈ ਕੇ ਉਹਨਾਂ ਕੋਲ ਪਹੁੰਚਦੇ ਸੀ ਅਤੇ ਇੱਕ ਅਧਿਆਪਕ ਜਿਹੜਾ ਫਿਰ ਆਪਣੇ ਵਿਚਾਰਾਂ ਨਾਲ ਇਬਾਰਤ ਲਿਖਦਾ ਹੈ ਉਹ ਜਿਹੜੀ ਸਲੇਟ ਲੈ ਕੇ ਆਉਂਦੇ ਨੇ ਜਾਂ ਕਾਪੀ ਇੱਕ ਖਾਲੀ ਜਾਂ ਪੇਪਰ ਇੱਕ ਲੈ ਕੇ ਖਾਲੀ ਆਉਂਦੇ ਨੇ ਅਤੇ ਫਿਰ ਆਪਣੇ ਵਿਚਾਰਾਂ ਦੀ ਇਬਾਰਤ ਜਿਹੜੀ ਉਹਦੇ ਅੱਗੇ ਲਿਖ ਕੇ ਦਿੰਦਾ ਹੈ ਅਤੇ ਜਦੋਂ ਉਹ ਇਬਾਰਤ ਲਿਖਦਾ ਹੈ ਉਹ ਇਬਾਰਤ ਨੂੰ ਪੜ੍ਹ ਕੇ ਉਹਨੂੰ ਸਮਝ ਕੇ ਕਰਕੇ ਅਤੇ ਫਿਰ ਬੱਚਾ ਜਿਹੜਾ ਉਹ ਪ੍ਰਵਾਨ ਚੜ੍ਹਦਾ ਹੈ ਅਤੇ ਸਮਾਜ ਦੇ ਲਈ ਸੇਵਾ ਕਰਨੀ ਉਤਰਦਾ ਹੈ। ਜਿੱਥੇ ਮਾਂ ਪਿਓ ਦੀ ਕਰਨੀ ਹੁੰਦੀ ਹੈ ਉੱਥੇ ਸਮਾਜ ਲਈ ਵੀ ਕਰਨੀ ਹੁੰਦੀ ਅਤੇ ਇਹਨਾਂ ਦੇ ਪੜ੍ਹਾਏ ਲਿਖਾਏ ਬੱਚੇ ਜਿਹੜੇ ਅੱਜ
ਦੁਨੀਆਂ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਵੱਖ ਵੱਖ ਅਹੁਦਿਆਂ ਤੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਵੀ ਬਹੁਤ ਛੋਟੇ ਅਹੁਦਿਆਂ ਤੇ ਵੀ ਤੇ ਫਿਰ ਇਸ ਤਰ੍ਹਾਂ ਦੇ ਵੀ ਬਣੇ ਆ ਜਿਹਨਾਂ ਨੇ ਇਹਨਾਂ ਦਾ ਇੱਕ ਹਿਸਾਬ ਤਿਆਰ ਕਰਕੇ ਫਿਰ ਜਿਹੜੇ ਸਮਾਜ ਦੇ ਸਿਰਜਣਹਾਰ ਵੀ ਬਣੇ ਆ। ਜਿੱਥੇ ਇਹ ਗੱਲਾਂ ਕੀਤੀਆਂ ਨੇ ਉਹਨਾਂ ਉੱਥੇ ਗੁਰੂ ਦੇ ਭਾਣੇ ਵਿੱਚ ਰਹਿ ਕੇ ਜਿੱਥੇ ਪਰਿਵਾਰ ਨੂੰ ਸਿੱਖਿਆ ਦਿੱਤੀ ਹੈ ਕਿਰਤ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ, ਇੱਥੇ ਬਿਲਕੁਲ ਪਰਿਵਾਰ ਸਾਰਾ ਸਾਡੇ ਨਾਲ ਹੀ ਰਹਿੰਦੇ ਤਾਂ ਅਸੀਂ ਛੋਟਾ ਵੀ ਸਾਡਾ ਮੈਂ ਦੇਖਿਆ ਕਿ ਕਿਵੇਂ ਉਹ ਕਿਰਤ ਵੀ ਕਰਦਾ ਹੈ, ਨਾਮ ਵੀ ਜਪਦਾ ਅਤੇ ਵੰਡ ਛਕਣ ਦਾ ਵੀ ਜਿਹੜਾ ਪਹਿਰਾ ਹੈ ਉਹ ਦਸਵੰਧ ਜਿਹੜਾ ਕੱਢਣਾ ਹੁੰਦਾ ਹੈ ਗੁਰੂ ਘਰ ਦੇ ਉਹਦੇ ਉੱਤੇ ਪੱਕਾ ਹੋ ਕੇ ਪਹਿਰਾ ਦਿੰਦਾ ਹੈ। ਇਸੇ ਤਰ੍ਹਾਂ ਉਹਨਾਂ ਦੀਆਂ ਭੈਣਾਂ ਨੇ, ਉਹਨਾਂ ਦੀਆਂ ਬੱਚੀਆਂ ਨੇ, ਪੂਰੇ ਦਾ ਪੂਰਾ ਉਹ ਸਾਰਾ ਹੀ ਕੁਝ ਕੀਤਾ ਹੈ ਜੋ ਗੁਰੂ ਦਾ ਆਸ਼ਾ ਚਾਹੁੰਦਾ। ਅਤੇ ਮੈਂ ਤੁਹਾਨੂੰ ਕਹੂੰਗਾ ਕਿ ਇਹ ਸਾਰਾ ਪਰਿਵਾਰ ਇੱਕ ਚਾਨਣ ਮੁਨਾਰਾ ਹੈ ਅੱਜ ਦੇ ਜਿਹੜਾ ਅਜੋਕਾ ਯੁੱਗ ਆਪਾਂ ਪਦਾਰਥਵਾਦੀ ਯੁੱਗ ਬਣ ਕੇ ਰਹਿ ਗਿਆ। ਆਪਾਂ ਪਖੰਡ ਬੜੇ ਕਰ ਰਹੇ ਨੇ, ਵੱਡੇ ਵੱਡੇ ਡੰਬਰ ਜਾ ਰਹੇ ਨੇ ਗੁਰੂ ਦੇ ਨਾਂ 'ਤੇ, ਪਰ ਆਪਾਂ ਸੋਚ ਕੇ ਵੇਖ ਲਿਓ ਕਿ ਆਪਾਂ ਪਿੱਛੇ ਕਹਿੰਦੇ ਹੁੰਦੇ ਸੀ ਥੱਕਦੇ ਕਿ 300 ਸਾਲ ਗੁਰੂ ਦੇ ਨਾਮ, ਅਤੇ ਜਦੋਂ ਜੇ ਧਿਆਨ ਮਾਰ ਕੇ ਵੇਖਿਓ ਕਿ ਗੁਰੂ ਦੇ ਗੁਰੂ ਮੇਰੇ ਸੰਗ ਸਦਾ ਹਰ ਨਾਲੇ, ਗੁਰੂ ਦੇ ਹਰ ਵੇਲੇ ਨਾਲ ਰਹਿੰਦਾ ਸੀਗਾ, ਪਰ ਆਪਾਂ ਗੁਰੂ ਦੇ ਨਾਲ ਕਿਵੇਂ ਹਾਂ ਇਹ ਚੇਤਨ ਕਰਿਓ। ਅੱਜ ਆਪਾਂ ਹੀ ਤੋੜ ਦਿੰਦੇ ਨਾਲੀ ਵੱਲ, ਕੈਂਚੀ ਫੜੋ ਅਤੇ ਕਰੋ ਅਤੇ ਬੱਚਿਆਂ ਨੂੰ, ਅੱਜ ਆਪਾਂ ਭੁੱਲ ਗਈਆਂ ਸਾਡੀਆਂ ਮਾਵਾਂ ਭੈਣਾਂ ਅੱਗੇ ਮਾਤਾ ਭਾਗੋ ਦੀ ਜਾਈਆਂ ਤੁਸੀਂ, ਅਤੇ ਕਿਵੇਂ ਮਾਤਾ ਗੁਜਰੀ ਜੀ ਨੇ, ਗੁਜਰ ਕੌਰ ਜੀ ਨੇ ਕਿਵੇਂ ਸਾਹਿਬਜ਼ਾਦਿਆਂ ਨੂੰ ਤੋਰਿਆ ਸੀ, ਉਹ ਖੂਨ ਦੀ ਮਿਹਨਤ ਨਾਲ ਲਿਖਿਆ ਇਤਿਹਾਸ ਜੋ ਇਸ ਪਰਿਵਾਰ ਨੇ ਪੜ੍ਹਿਆ ਜਾਣਿਆ ਮਾਸਟਰ ਬਲਜੀਤ ਸਿੰਘ ਹੋਰਾਂ ਤੋਂ ਅਤੇ ਅਮਲੀ ਰੂਪ ਵਿੱਚ ਲਿਆਂਦਾ ਅਤੇ ਚਾਨਣ ਮੁਨਾਰਾ ਸਾਡੇ ਲਈ। ਅਤੇ ਮੈਂ ਦਿਖਾਊਂਗਾ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਜੇ ਆਪਾਂ ਮਾਸਟਰ ਬਲਜੀਤ ਸਿੰਘ ਹੋਰਾਂ ਦੇਣੀਆਂ ਅਤੇ ਉਹਨਾਂ ਦੀਆਂ ਦਿੱਤੀਆਂ ਜਿਹੜੀਆਂ ਸਿੱਖਿਆ ਲੈਣ ਕਰਕੇ ਉਹ ਵੀ ਉੱਦਾਂ ਵੀ ਪ੍ਰਚਾਰ ਕਰਦੇ ਨੇ, ਕੁਛ ਗੋਆ ਖਿਲਾਰ ਰਹੇ ਨੇ। ਮੈਂ ਤਾਂ ਕਹੂੰਗਾ ਕਿ ਆਓ ਸਾਰੇ ਮਾਸਟਰ ਬਲਜੀਤ ਸਿੰਘ ਹੋਰਾਂ ਦੀਆਂ ਦਿੱਤੀਆਂ ਜ਼ਿੰਦਗੀ ਦੀਆਂ ਸਿੱਖਿਆਵਾਂ ਤੋਂ ਕੋਈ ਅਮਲ ਵਿੱਚ ਕਰ ਲਈਏ। ਤਾਂ ਮੈਂ ਕੋਈ ਸਾਰਿਆਂ ਤੋਂ ਵੱਡੀ ਸ਼ਰਧਾਂਜਲੀ ਹੈ ਉਹਨਾਂ ਨੂੰ। ਇਹਨਾਂ ਹੀ ਕਹਿੰਦਾ ਹੋਇਆ ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ ਦਿਓ ਸੱਜਣ ਸੀਸਣੀਆਂ ਜੋ ਹੋਵੇ ਸਾਹਿਬ ਜੋ ਮੇਲ। ਇਹਨਾਂ ਹੀ ਸ਼ਬਦਾਂ ਨਾਲ ਮੈਂ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਇਹ ਜੋ ਸਦਮਾ, ਇਹ ਜੋ ਉਹਨਾਂ ਨੂੰ ਕਹਿ ਰਹੇ ਸਾਹਿਬ ਜਿਹੜਾ ਪਿਆ ਹੈ ਉਹਨਾਂ ਜਿੱਥੇ ਮੈਂ ਸਹਾਈ ਹੁੰਦਾ ਉੱਥੇ ਪਰਿਵਾਰ ਵੱਲੋਂ ਵਿੱਚ ਸ਼ਾਮਿਲ ਹੁੰਦਾ ਹੋਇਆ ਪਰਮਾਤਮਾ ਪਾਸ ਅਰਦਾਸ ਕਰਦਾ ਵੀ ਉਹਨਾਂ ਨੂੰ ਇਸ ਸਦਮੇ ਵਿੱਚੋਂ ਉਭਰਨਾ ਬਣ ਬਖਸ਼ੇ, ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ। ਇਹਨਾਂ ਹੀ ਕਹਿੰਦਾ ਪ੍ਰਤੀਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਮੂਹ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਖਤਰਾਏ ਕਲਾਂ ਕਮੇਟੀ ਇਸ ਸਮੂਹ ਕਮੇਟੀ ਨੇ ਰਲ ਮਿਲ ਕੇ ਇੱਕ ਫੈਸਲਾ ਕੀਤਾ ਹੈ ਕਿ ਮਾਸਟਰ ਜੀ ਦੇ ਅੰਤਿਮ ਅਰਦਾਸ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਕਰਵਾਉਣਾ ਹੈ। ਸੋ ਪਰਿਵਾਰ ਦੀ ਆਗਿਆ ਲੈਣੀ ਹੈ ਕਿ ਸਮਾਂ ਲੈਣਾ ਹੈ ਜਦੋਂ ਸਮੂਹ ਰਿਸ਼ਤੇਦਾਰਾਂ ਅਤੇ ਪਰਿਵਾਰ ਦਾ ਸਮਾਂ ਹੋਵੇ ਉਹ ਸਾਨੂੰ ਦੱਸ ਦੇਣ। ਇਸ ਤੋਂ ਉਪਰੰਤ ਹੁਣ ਵੀਰ ਜੀ ਨੂੰ
ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਤਾਰ ਭੇਟਾ ਕਰਨੀ ਹੈ। ਜਿਨ੍ਹਾਂ ਨੇ ਮਾਸਟਰ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜੋ ਸ਼ਾਮਿਲ ਹੋਏ ਨੇ, ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੜਾਹ ਲੰਗਰ ਪ੍ਰਸ਼ਾਦਾ ਤਿਆਰ ਹੈ, ਛੱਕ ਕੇ ਜਾਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।